कॉल आवाज आ रही है क्लियर? हाँ जी सर आ रही है। अच्छा, तुम्हारी सर पिक्चर नहीं आ रही। बस मेरी पिक्चर नहीं आ रही? मेनू तो आ रही है सर। चलो ठीक है फिर, जितना आ रही है वो भी वैसे इधर। मेरी पिक्चर तो जाती रही है, उधर आ भी रही है, पता नहीं उधर बीच कितने कितने एडमिंटन ग्रुप का। राजवीर वेयर डू यू लिव, कितों बोल रहे हो तुम? मेपल रिज तो सर, मेपल रिज। मेपल रिज ब्रिटिश कोलंबिया? हाँ जी। अच्छा, मेरा आया हुआ है मैं एक बार पिछले साल, एक्चुअली वन ऑफ माय फ्रेंड्स एक्चुअली लास्ट ईयर। इट्स अ नाइस लिटिल न्यू डेवलपिंग कम्युनिटी एक्चुअली, लॉट ऑफ फॉरेस्ट ऑल बने हैं, काफी लेक भी छोटी भी। ਤੁਹਾਡੇ ਕੇਸ ਦੇ ਬਾਰੇ ਮੈਂ ਗੱਲ ਕਰਨੀ ਸੀ ਕਿ ਵੀ ਪਿਛਲੇ ਤੁਸੀਂ ਕਾਫੀ ਸਟਰਗਲ ਕਰ ਰਹੇ ਹੋ ਮੇਰੇ ਖਿਆਲ 2012 ਤੋਂ ਤੁਹਾਡੀ ਜਿਹੜੀ ਉਹ ਰਿਲੇਸ਼ਨਸ਼ਿਪ ਚੱਲ ਰਹੀ ਹੈ ਤੇ ਰਿਫਿਊਜ਼ ਕਾਫੀ ਵਾਰ ਹੋ ਗਏ। ਕਿੰਨੀ ਵਾਰ ਰਿਫਿਊਜ਼ ਹੋ ਗਏ? ਸਰ 9 ਵਾਰੀ ਹੋ ਗਿਆ। ਓ ਗॉड, 9 ਵਾਰੀ ਹੋ ਗਏ। ਮੇਰੇ ਖਿਆਲ ਹੈ ਕਿ ਕਾਫੀ ਵਾਰ ਸਟੱਡੀ ਪਰਮਿਟ ਜਾਂ ਫਿਰ ਓਪਨ ਵਰਕ ਪਰਮਿਟ ਵੀ, ਕਿੰਨੀ ਵਾਰ ਸਟੱਡੀ ਪਰਮਿਟ ਰਿਫਿਊਜ਼ ਹੋ ਗਏ? ਸਰ 5 ਵਾਰੀ ਸਟੱਡੀ ਪਰਮਿਟ ਤੇ ਆ, 1 ਵਾਰੀ ਵਿਜ਼ਿਟਰ ਦਾ ਆ ਤੇ 3 ਓਪਨ ਵਰਕ ਪਰਮਿਟ ਤੇ ਹੋ ਗਿਆ। ਓ ਮਾਈ ਗਾਡ, ਤੇ ਮੇਰੇ ਖਿਆਲ ਤੁਹਾਨੂੰ ਕਈ ਲੋਕਾਂ ਨੇ ਡਰਾਇਆ ਵੀ ਹੋਇਆ ਸ਼ਾਇਦ ਕਿ ਵੀ ਬਾਰ-ਬਾਰ ਰਿਫਿਊਜ਼ ਹੋ ਜਾਓਗੇ, ਕਿਤੇ ਮਿਸਰੈਪ ਨਾ ਹੋ ਜਾਓ, ਕਿਤੇ ਬੈਨ ਨਾ ਹੋ ਜਾਓ। ਹਾਂਜੀ ਸਰ, ਹੁਣ ਕਹਿੰਦੇ ਕਿ ਬੈਨ ਲੱਗ ਜਾਣਾ ਜਿੱਦਾਂ ਕਿ, ਪਰ ਫਿਰ ਅਸੀਂ ਲਾ ਤਾਂ ਦਿੱਤੀ ਇੱਕ ਵਾਰੀ, ਹੁਣ ਪਤਾ ਨਹੀਂ ਕੀ ਆਇਆ ਕੁਛ। ਨਹੀਂ ਉਹ ਮਤਲਬ ਜਿਹੜੇ ਲੋਕ ਕਹਿ ਰਹੇ ਸੀ ਕਿ ਵੀ ਬੈਨ ਲੱਗ ਜਾਊਗਾ, ਇਸ ਤਰ੍ਹਾਂ ਹੋ ਜਾਏਗਾ, ਉਹ ਕਦੇ ਲਈ ਮਤਲਬ ਕੀ ਉਹਨਾਂ ਦਾ ਬੇਸਿਸ ਕੀ ਹੈ ਕਿ ਵੀ ਰਿਫਿਊਜ਼ਲ ਦੇ ਬਾਅਦ ਬੈਨ ਲੱਗ ਜਾਂਦਾ ਹੈ, ਮਤਲਬ ਉਹਦਾ ਕੀ ਲੌਜਿਕ ਕੀ ਹੈ? ਕਿਉਂਕਿ ਸਰ ਉਹ ਕਹਿੰਦੇ ਕਿ ਨੋ ਰਿਫਿਊਜ਼ਲ ਹੋ ਗਿਆ ਤੇ ਉਹ ਬਾਰ ਉਹ ਕਹਿੰਦੇ ਆ ਕਿ ਬਾਰ ਬਾਰ ਇਹ ਇੱਥੇ ਕੈਨੇਡਾ ਲਈ ਹੀ ਅਪਲਾਈ ਕਰੀ ਜਾਂਦਾ ਆ, ਤੇ ਮਤਲਬ ਕਿ ਮਿਸ ਰਿਪ੍ਰੈਜੈਂਟੇਸ਼ਨ ਹੋ ਜਾਣੀ ਆ ਕਿ ਤੁਸੀਂ ਵਿਆਹ ਵੀ ਇਸੇ ਲਈ ਕਰਵਾਇਆ ਆ। ਤੇ ਮੇਰੇ ਖਿਆਲ ਤੁਸੀਂ ਉੱਥੇ ਵੀ BCB ਕਿਸੇ ਲਾਇਰ ਤੋਂ ਕਰਵਾਈ ਹੈ ਫਾਈਲ? ਮੇਰੇ ਖਿਆਲ ਕਾਫੀ ਪੈਸੇ ਦੇ ਕਰ, ਨਾਮ ਲੈਣ ਦੀ ਲੋੜ ਨਹੀਂ ਹੈ, ਪਰ ਇਹ ਦੱਸੋ ਕਿ ਵੀ ਉਹਨਾਂ ਨੇ ਕੁਝ ਖਾਸ ਐਪਲੀਕੇਸ਼ਨ ਵੀ ਲਿਖਿਆ, ਕਿਉਂਕਿ ਜਿਸ ਟਾਈਮ ਉਹਨਾਂ ਨੇ ਫਾਈਲ ਲਾਈ ਹੈ ਉਸ ਟਾਈਮ ਤੇ ਮੇਰੇ ਖਿਆਲ ਕਾਫੀ ਦੇ ਵੀਜ਼ਾ ਆ ਵੀ ਰਹੇ ਸੀ ਪਿਛਲੇ ਸਾਲ। ਸਰ ਪਤਾ ਨਹੀਂ ਕੀ ਚੱਕਰ ਸੀਗਾ, ਉਹਨਾਂ ਨੇ ਤਾਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਸੀ, ਕਹਿੰਦੇ ਸੀਗੇ ਕਿ ਤੁਹਾਡੇ ਹਸਬੈਂਡ ਨੂੰ ਲਿਆਵਾਂਗੇ। ਆਈ ਡੋਨਟ ਨੋ, ਬਾਅਦ ਵਿੱਚ ਜਦੋਂ ਅਸੀਂ ਫਾਈਲ ਚੈੱਕ ਕੀਤੀ ਸੀਗੀ, ਉਹਨਾਂ ਨੇ ਪੁਰਾਣੀਆਂ ਸਟੇਟਮੈਂਟਸ ਲਗਾ ਦਿੱਤੀਆਂ ਸੀਗੀਆਂ, ਤੇ ਮਨੀ ਵੀ ਮਤਲਬ ਮੈਂ ਕਾਫੀ ਸਪੈਂਡ ਕਰ ਚੁੱਕੀ ਹਾਂ ਹੁਣ ਤੱਕ ਫਾਈਲ ਲਾਉਣ 'ਤੇ ਵੀ, ਤੇ ਪਰ ਕਦੇ ਕੁਛ ਆਉਂਦਾ ਨਹੀਂ ਪੋਜ਼ਿਟਿਵ, ਹਮੇਸ਼ਾ ਮਤਲਬ ਇੱਦਾਂ ਹੀ ਹੁੰਦਾ। ਮੈਂ ਇਹਦੇ ਬਾਰੇ ਵੀ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਕਿ ਵੀ ਜਿੰਨੇ ਵੀ ਇਮੀਗ੍ਰੇਸ਼ਨ ਲਾਇਰਸ ਹੈ, ਕੰਸਲਟੈਂਟਸ ਹੈ, ਸਪੈਸ਼ਲੀ ਇਨ ਕੈਨੇਡਾ, ਸਾਰੇ ਦਾ ਇੱਕ ਫੋਕਸ ਹੈ, ਸਪੈਸ਼ਲਾਈਜੇਸ਼ਨ ਨਹੀਂ ਹੈ ਕਿ ਵੀ ਸਪਾਊਸ ਵੀਜ਼ਾ ਨੂੰ ਕਰੀਏ। ਠੀਕ ਹੈ, ਉਹ ਕਰੀ ਜਾਂਦੇ, ਲੇਕਿਨ ਵੱਡੇ ਵੱਡੇ ਆਫਿਸ ਦੇ ਬੋਰਡ ਲਾ ਕੇ ਜਾਂ ਵੈਬਸਾਈਟ ਬਣਾ ਕੇ ਜਾਂ ਅਖਬਾਰਾਂ 'ਚ ਐਡ ਦੇ ਕਰ, ਇਹ ਜ਼ਰੂਰੀ ਨਹੀਂ ਹੈ ਕਿ ਵੀ ਲਾਇਰ ਸਾਹਿਬ ਕਰ ਲਏ। ਮੇਰੇ ਖਿਆਲ ਉਹਨਾਂ ਨੇ $6,000 ਵੀ ਲਏ ਸ਼ਾਇਦ, ਨੋਨ ਰਿਫੰਡੇਬਲ ਫੀਸ ਭਾਵੇਂ ਰਿਫਿਊਜ਼ ਹੋ ਵਟਐਵਰ। ਹਾਂਜੀ, ਪਹਿਲਾਂ ਹੁੰਦੀ ਉਹਨਾਂ ਦੀ ਫੀਸ ਜਿੱਦਾਂ, ਤੇ 6,000 ਫਿਰ 6,000 ਦੇ ਲਿਆ ਸੀਗਾ ਉਹਨਾਂ ਨੇ, ਤੇ ਮਤਲਬ 2 ਵਾਰੀ ਲੈ ਲਿਆ। ਵੈਸੇ ਉਹ ਕਹਿੰਦੇ ਆ ਕਿ ਮਤਲਬ ਕਿ ਸਭ ਤੋਂ ਬੈਸਟ ਆ ਕੰਸਲਟੈਂਟ, ਉਹ ਹਰ ਇੱਕ ਜਿਹੜੀ ਵੀ ਫਾਈਲ ਖਰਾਬ ਹੁੰਦੀ ਆ ਸਾਰੀਆਂ ਫਾਈਲਾਂ ਨੂੰ ਕਢਾ ਦਿੰਦੇ ਆ ਬਾਹਰ, ਮਤਲਬ ਹੋ ਜਾਂਦਾ ਆ। ਸਰ ਉਹਨਾਂ ਨੇ 2 ਵਾਰੀ ਅਪਲਾਈ ਕੀਤਾ ਆ ਇਹਨਾਂ ਦਾ, ਤੇ ਮਤਲਬ 6-6 12,000 ਡਾਲਰ ਸੀ ਉਹਦਾ। ਚਲੋ ਉਹ ਤੁਸੀਂ ਆਪਣਾ 12,000 ਗਏ, ਚਲੋ ਕੋਈ ਗੱਲ ਨਹੀਂ, ਗਏ 12,000 ਡਾਲਰ ਗਏ, ਤੇ ਅਮਰਿਤਸਰਸ ਇਨਕ੍ਰੈਡੀਬਲ ਐਕਚੁਅਲੀ ਕਿ ਵੀ 12,000 ਡਾਲਰ ਫਾਈਲ ਕਰਾਉਣ ਲਈ, ਤੇ ਨਾਮ ਹੈ ਕੋਈ ਲਾਇਰ ਫਲਾਨਾ ਜੋ ਵੀ ਕੁਛ ਹੈ। ਪਰ ਐਨੀਵੇ, ਤੁਹਾਡਾ ਕੀ ਕਦੋਂ ਤੱਕ ਹੈ ਰਾਜਵੀਰ, ਤੁਹਾਡਾ ਕਦੋਂ ਤੱਕ ਹੈ ਸਿਲਸਿਲਾ ਖਤਮ ਹੋ ਰਿਹਾ ਵਰਕ ਪਰਮਿਟ ਵਾਲਾ? ਸਰ ਵਰਕ ਪਰਮਿਟ ਮੇਰਾ ਨੈਕਸਟ ਫੈਬ ਚ ਖਤਮ ਹੋ ਜਾਣਾ। ਅੱਛਾ, ਨੈਕਸਟ ਫੈਬ ਫੋਰ ਅਨਦਰ 10 ਮਹੀਨੇ ਹੋ ਰਹੇ ਹਨ। 12 ਮੰਥਸ। ਠੀਕ ਹੈ। ਚਲੋ ਦੇਖੋ, ਮੇਰੇ ਖਿਆਲ ਉਹਨਾਂ ਨੇ ਇੱਕ ਇਮੀਗ੍ਰੇਸ਼ਨ ਨੇ ਇੱਕ ਇਨਫੋਰਮੇਸ਼ਨ ਪਾਈ ਹੈ, ਦੇਖੋ ਕੁਛ ਆ ਰਿਹਾ ਸਕਰੀਨ ਤੇ ਸ਼ਾਇਦ। ਡਿਸੀਜਨ ਸਰ, ਪਾਸਪੋਰਟ ਰਿਕੁਐਸਟ ਆ ਗਈ। ਲੱਗਦਾ ਤੇ ਇਹੀ ਹੈ ਕਿ ਪਾਸਪੋਰਟ ਰਿਕੁਐਸਟ ਹੈ, ਅੱਜ ਹੀ ਪਾਇਆ ਉਹਨਾਂ ਨੇ ਕਿ ਪਾਸਪੋਰਟ ਦੇ ਦਿਓ, ਵੀਜ਼ਾ ਲਾ ਦੇਵਾਂਗੇ। ਸਰ ਸੱਚੀ? ਬਿਲਕੁਲ ਸੱਚੀ ਮੁੱਚੀ ਹੈ, ਬਿਲਕੁਲ ਪਾਸਪੋਰਟ ਰਿਕੁਐਸਟ ਹੀ ਹੈ। ਮਨਪ੍ਰੀਤ ਦਾ ਦਾਣਾ ਪਾਣੀ ਸ਼ੁਰੂ ਹੋ ਗਿਆ ਹੁਣ ਤੇ। ਸਰ ਤੁਸੀਂ ਸੋਚ ਨਹੀਂ ਸਕਦੇ ਤੁਸੀਂ ਕਿੱਦਾਂ ਵੱਡਾ ਕੰਮ ਕੀਤਾ।
ਚਲੋ ਤੁਹਾਡੇ ਦੁੱਖ ਦੁੱਖ ਦਾ ਟਾਈਮ ਕੱਟਿਆ ਗਿਆ ਹੁਣ ਕੋਈ ਗੱਲ ਨਹੀਂ ਹੁਣ ਓ ਮਾਈ ਗਾਡ ਓ ਮਾਈ ਇਸੇ ਕਰਕੇ ਅਸੀਂ ਕਰਦੇ ਹਾਂ ਸਪਾਊਸ ਵੀਜ਼ਾ ਕਿਉਂਕਿ ਸਪਾਊਸ ਵੀਜ਼ਾ ਨਾ ਲੋਕੀ ਇੰਨੇ ਪਰੇਸ਼ਾਨ ਹਤਾਸ਼ ਬੈਠੇ ਹੈ ਕਿ ਬਈ ਇਹ ਲੱਗਦਾ ਕਿ ਦਿਸ ਇਜ਼ ਦੀ ਓਨਲੀ ਵੇ ਕਿ ਦੁਨੀਆ 'ਚ ਕੋਈ ਖੁਸ਼ੀ ਬਣ ਸਕਦੇ ਕਿਸੇ ਨੇ ਕੋਈ ਆਈ ਡੀ ਦੇਖ ਲਿਆ ਮਨਪ੍ਰੀਤ ਨਾਮ ਹੈ ਮਨਪ੍ਰੀਤ ਤੁਹਾਡਾ ਹੀ ਹੈ ਵੀ ਰਿਕੁਆਇਰ ਪਾਸਪੋਰਟ ਜਿਹੜੇ ਯੈਲੋ 'ਚ ਹਾਈਲਾਈਟ ਹੈ ਸੋ ਦੈਟ ਮੀਨਸ ਕਿ ਪਾਸਪੋਰਟ ਰਿਕੁਐਸਟ ਇਜ਼ ਕਨਫਰਮਡ ਪਾਸਪੋਰਟ ਜਮ੍ਹਾਂ ਕਰੋ ਵਿਦ ਇਨ 10-15 ਦਿਨ ਦੇ ਬਾਅਦ ਹੀ ਵਿਲ ਬੀ ਇਨ ਕੈਨੇਡਾ ਵਿਦ ਯੂ ਇਜ਼ਨਟ ਦੈਟ ਅਮੇਜ਼ਿੰਗ ਸਰ ਥੈਂਕ ਯੂ ਸੋ ਮਚ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਭ ਇਹ ਸਭ ਦਾਣਾ ਪਾਣੀ ਹੈ ਸਭ ਸਾਰਾ ਪਰਮਾਤਮਾ ਦੀ ਮਰਜ਼ੀ ਹੈ ਜਿਹਨੇ ਆਉਣਾ ਉਹਨੇ ਆਉਣਾ ਹੀ ਹੈ ਬਾਰ ਦਸ ਸਾਲ ਹੋ ਗਏ ਤੁਹਾਨੂੰ ਰਿਲੇਸ਼ਨਸ਼ਿਪ ਸ਼ੁਰੂ ਕੀਤੇ ਹੋਏ ਕਿੰਨੀ ਵਾਰ 9 ਵਾਰ ਰਿਫਿਊਜ਼ ਹੋ ਗਏ $12,000 ਇਹਨਾਂ ਦੇ ਫਾਈਲ ਬਾਰੇ ਕੁਛ ਇੰਪੋਰਟੈਂਟ ਗੱਲਾਂ ਦੱਸਦਾ ਕਿਉਂਕਿ ਇਹਨਾਂ ਨੇ ਇੰਨਾ ਗਿਵ ਅਪ ਕਰਤਾ ਸੀ ਕਿ ਇਹਨਾਂ ਨੇ ਸ਼ਾਇਦ ਪੈਸੇ ਵੀ ਕਢਵਾ ਲਏ ਸੀ ਸਾਰਾ ਕੁਛ ਕਰ ਲਿਆ ਸੀ ਇਹਨਾਂ ਦੇ ਹਸਬੈਂਡ ਨੇ ਸੋ ਉਸ ਚੀਜ਼ ਨੂੰ ਉਹਦੇ ਲਈ ਥੋੜ੍ਹਾ ਜਿਹਾ ਕੇਸ ਮੁਸ਼ਕਿਲ ਹੋ ਗਿਆ ਸੀ ਕਿਉਂਕਿ ਉਹ ਪੈਸੇ ਨੂੰ ਉਹਨੂੰ ਜਸਟੀਫਾਈ ਕਰਨਾ ਫਿਰ ਉਸ ਟਾਈਮ 'ਤੇ ਇਹਨਾਂ ਨੇ ਕੁਛ ਟਰੈਕਟਰ ਬਾਏ ਕੀਤੇ ਸੀ ਜਾਂ ਇਹਨਾਂ ਨੇ ਕੋਈ ਲੀਜ਼ 'ਤੇ ਜ਼ਮੀਨ ਲਈ ਸੀ ਉਹ ਚੀਜ਼ ਨੂੰ ਆਪਾਂ ਜਸਟੀਫਾਈ ਕੀਤਾ ਕਿ ਇਹ ਜਿਹੜੇ ਸਾਰੇ ਪੈਸੇ ਆ ਇਹ ਇਸ ਕੰਮ ਲਈ ਕਢਵਾਏ ਗਏ ਸੀ ਕਿ ਉਸ ਟਾਈਮ 'ਤੇ ਜਿਹੜਾ ਐਪਲੀਕੈਂਟ ਸੀ ਉਹ ਐਸੈਟ ਕ੍ਰੀਏਟ ਕਰ ਰਿਹਾ ਸੀ ਉਹਦਾ ਇਸ ਕੰਟਰੀ ਨੂੰ ਪੱਕਾ ਲੀਵ ਕਰਨ ਦਾ ਸਗੋਂ ਏ ਸੀ ਤੋਂ ਇਹ ਸ਼ੋ ਹੁੰਦਾ ਕਿ ਉਹ ਐਸੈਟ ਕ੍ਰੀਏਟ ਕਰ ਰਿਹਾ ਆਪਣੀ ਹੋਮ ਕੰਟਰੀ 'ਚ ਉਹ ਇਹ ਨਹੀਂ ਹੈ ਕਿ ਕਿਤੇ ਓਵਰ ਸਟੇ ਕਰੂਗਾ ਜਾ ਕੇ ਸੋ ਉਹਨੂੰ ਆਪਾਂ ਆਪਣੇ ਇੱਕ ਜਿਹੜੀ ਨੈਗੇਟਿਵ ਜਿਹੜਾ ਸੀਗਾ ਇਹਨਾਂ ਪੁਆਇੰਟ ਨੂੰ ਆਪਾਂ ਪੋਜ਼ਿਟਿਵਲੀ ਇਹਦੇ ਵਿੱਚ ਯੂਜ਼ ਕੀਤਾ ਦੂਸਰਾ ਸੀ ਕਿ ਸ਼ਾਇਦ ਜਿਹੜੇ ਵੀ ਲੋਇਰ ਜਿਹਨਾਂ ਦੀ ਗੱਲ ਕਰਦੇ ਕਿਉਂਕਿ ਉਹਨਾਂ ਦੀ ਫਾਈਲ ਆਪਾਂ ਦੇਖੀ ਸੀ ਅਤੇ ਉਹਦੇ ਵਿੱਚ ਉਹ ਕਮੀਆਂ ਸੀਗੀਆਂ ਜਿਹੜੀਆਂ ਦਿਖਦੀਆਂ ਸੀ ਬਟ ਔਰ ਇਹ ਵੀ ਮੈਂ ਦੱਸ ਦੇਵਾਂ ਕਿ ਕੋਈ ਅੱਜ ਕਵੇ ਕਿ ਜੀ ਅੱਜ ਵੀਜ਼ੇ ਆਉਂਦੇ ਸਭ ਦੇ ਆਉਂਦੇ ਆ ਅਤੇ ਇਹ ਤਾਂ ਆਉਣਾ ਹੀ ਸੀ ਉਹ ਜਿਹੜਾ ਇਹਨਾਂ ਦਾ ਲਾਸਟ ਪ੍ਰੀਵੀਅਸ ਵੀਜ਼ਾ ਰਿਫਿਊਜ਼ ਹੋਇਆ ਉਹ ਉਸ ਟਾਈਮ ਰਿਫਿਊਜ਼ ਹੋਇਆ ਸੀ ਜਦੋਂ ਸਭ ਦੇ ਵੀਜ਼ਾ ਆ ਰਹੇ ਸੀ ਹਾਂਜੀ ਹਾਂਜੀ ਲਾਸਟ ਈਅਰ ਤੁਹਾਨੂੰ ਪਤਾ ਹੀ ਹੈ ਕਿਵੇਂ ਦਾ ਸਾਰਾ ਗਿਆ ਮਤਲਬ ਸਭ ਦੇ ਵੀਜ਼ਾ ਆਉਂਦੇ ਸੀ ਸੋ ਉਹਦੇ ਵਿੱਚ ਔਫੀਸਰ ਕਦੀ ਇਹਨਾਂ ਦੀ ਜੋਬ 'ਤੇ ਕਦੀ ਇਨਵਾਈਟਰ ਵੱਲੋਂ ਕਹਿ ਦਿੰਦਾ ਸੀ ਕਿ ਮੈਨੂੰ ਡਾਕੂਮੈਂਟੇਸ਼ਨ ਨਹੀਂ ਕੰਪਲੀਟ ਲੱਗਦੀ ਕਦੀ ਪਹਿਲਾਂ ਉਹ ਇਹਨਾਂ ਦੇ ਹਸਬੈਂਡ ਵੱਲੋਂ ਕਹਿ ਦਿੰਦਾ ਸੀ ਸੋ ਇਹ ਇਹਨਾਂ ਦਾ ਇਹੀ ਸੀ ਪਲਾਨ ਕਿ ਹੁਣ ਅਪਲਾਈ ਨਹੀਂ ਕਰਨਾ ਕਿ ਸ਼ਾਇਦ ਹੁਣ ਜੇ ਅਪਲਾਈ ਕੀਤਾ ਤਾਂ ਬੈਨ ਹੀ ਲੱਗ ਕੇ ਆਊਗਾ ਸੋ ਇਹਨਾਂ ਨੂੰ ਉਦੋਂ ਵੀ ਆਪਾਂ ਕਿਹਾ ਸੀ ਕਿ ਬੈਨ ਉਦੋਂ ਹੀ ਲੱਗਦਾ ਜਦੋਂ ਤੁਸੀਂ ਮਿਸਰੈਪ ਕਰਦੇ ਜੇ ਕੋਈ ਫੇਕ ਇਨਫੋਰਮੇਸ਼ਨ ਦਿੰਦੇ ਜੇ ਜਾਂ ਕੁਛ ਇਸ ਤਰ੍ਹਾਂ ਕਰਦੇ ਜੇ ਕਿ ਹਰ ਕਿਸੇ ਇਸ ਤਰ੍ਹਾਂ ਨਹੀਂ ਦੇ ਕਿ ਤੁਸੀਂ ਜੇ ਜ਼ਿਆਦਾ ਵਾਰ ਅਪਲਾਈ ਕਰ ਲਓਗੇ ਤਾਂ ਤੁਹਾਡੇ 'ਤੇ ਬੈਨ ਲੱਗ ਜੂਗਾ ਸਰ ਨਾਲੇ ਲਾਸਟ ਟਾਈਮ ਜਿਹੜਾ ਰਿਫਿਊਜ਼ਲ ਦਿੱਤਾ ਸੀਗਾ ਉਹ ਸਿਰਫ ਮੇਰੀ ਪੇ ਰੇਟ ਦਾ ਕਹਿਤਾ ਸੀ ਕਿਉਂਕਿ ਜੂਨ ਦੇ ਵਿੱਚ ਪੇ ਵੱਧਦੀ ਆ ਤੇ ਉਹਨਾਂ ਨੇ ਤਾਂ ਵੀ ਉਹਦਾ ਬੇਤੁਕਾ ਜਿਹਾ ਰੀਜ਼ਨ ਦਿੱਤਾ ਸੀਗਾ ਹਾਂਜੀ ਉਹਨਾਂ ਨੇ ਡਾਕੂਮੈਂਟੇਸ਼ਨ ਦਾ ਵੀ ਕਿਹਾ ਕਿ ਪ੍ਰੂਫ ਆਫ ਫੰਡਸ ਜਿਹੜੇ ਆ ਉਹ ਪੂਰੇ ਨਹੀਂ ਆ ਜਾਂ ਕੁਛ ਵੀ ਤਾਂ ਕਰਕੇ ਚਲੋ ਕੋਈ ਨਹੀਂ ਹੁਣ ਤੁਹਾਨੂੰ ਉਹ ਸ਼ਾਇਦ ਸੋ ਮਚ ਸਰ ਥੈਂਕ ਯੂ ਸੋ ਮਚ ਕਰਨ ਦੀ ਲੋੜ ਨਹੀਂ ਕਰੋ ਤੇ ਪਾਰਟੀ ਬਣਦੀ ਹੈ ਸਾਰੀਆਂ ਬਲੇਸਿੰਗਸ ਯਾ ਪਾਰਟੀ ਬਣਦੀ ਹੈ ਹੁਣ ਤੇ ਕੈਨੇਡਾ ਦੀ ਲਾਈਫ ਸ਼ੁਰੂ ਹੋਏਗੀ ਤੇ ਇਸ ਇਜ਼ ਕੁਆਇਟ ਐਕਸਟਰਾਆਰਡੀਨਰੀ ਫੀਲਿੰਗ ਹੈ ਕਿ ਵੀ ਆਫਟਰ ਸੋ ਮੈਨੀ ਰਿਫਿਊਜ਼ਲ ਆਫਟਰ ਸੋ ਮਚ ਆਫ ਫਰਸਟ੍ਰੇਸ਼ਨ ਡਿਪਰੈਸ਼ਨ ਦੇ ਮਗਰੋਂ ਫਿਰ ਇਸ ਤਰ੍ਹਾਂ ਦੀ ਇੱਕ ਲਾਈਫ ਇਹਨਾਂ ਦਾ ਡਿਸੀਜਨ ਵੀ ਚਲੋ ਉਹਦੇ 'ਚ ਕਿਸੇ ਸਬਮਿਸ਼ਨ ਦੇ ਨਾਲ ਤੇ ਕੋਈ ਲਿੰਕ ਨਹੀਂ ਹੁੰਦਾ ਬਟ ਇਸ ਟਾਈਮ ਜਿਹੜਾ ਦਿੱਲੀ ਹਾਈ ਕਮਿਸ਼ਨ ਹੈ ਉਹਨੀ ਫਾਸਟ ਹੈ ਕਿ 16 ਦਿਨ ਦੇ ਵਿੱਚ ਇਹਨਾਂ ਦਾ ਡਿਸੀਜਨ ਦਿੱਤਾ ਉਹਨਾਂ ਨੇ ਹਾਂਜੀ ਚਲੋ ਥੈਂਕ ਯੂ ਹਾਈ ਰਾਜਵੀਰ ਇੰਜੋਏ ਦ ਰੈਸਟ ਆਫ ਯਰ ਡੇ ਅੱਜ ਆਪਣਾ ਕੰਮ ਤੇ ਮਨ ਲਗਾਓ ਅੱਜ ਤੇ ਹੋਪਫੁਲੀ ਸ਼ਾਮ ਨੂੰ ਦੱਸਿਓ ਉਹਨੂੰ ਕਿ ਵੀ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਥੈਂਕ ਯੂ ਨੋ ਪ੍ਰੋਬਲਮ ਥੈਂਕ ਯੂ ਟੇਕ ਕੇਅਰ ਆਈ ਅਪਰੀਸ਼ੀਏਟ ਥੈਂਕ ਯੂ